ਉਹ ਖੋਤੇ ਸਨ ਜਿਸ ਤਰ੍ਹਾਂ ਉਹ ਹੁਣ ਤੁਸੀਂ ਖਲੋਤੇ ਹੋ ਨਬੀ ਅਲਸਲਾਮ ਦੀ ਮੁਬਾਰਕ ਦਾਵਤ ਮੈਂ ਲੈ ਕੇ ਜਾ ਰਹਾ ਤੁਸੀਂ ਇਸ ਮੇਰੇ ਸਾਹਮਣੇ ਆ ਕੇ ਉਹ حضرت ਇਸਲਾਮ ਸਾਹਮਣੇ ਵੀ ਹਲ ਬਈ ਯਹੂਦਾਇਸਰ ਤੇ ਅੱਲਾਹ ਤਾਲਾ ਨੇ ਉਹਨੂੰ ਕਿਹਾ ਕਿ ਇਹ ਖੋਤੇ ਨੇ ਜਿਸ ਤਰ੍ਹਾਂ ਖੋਤੇ ਉਤੇ ਕਿਤਾਬਾਂ ਲਾਦ ਦਿਉਣਾ ਖੋਤਾ ਕਿਤਾਬ ਨਹੀਂ ਪੜ ਸਕਦਾ ਗਦੇ ਦਾ ਕੰਮ ਹੈ ਸਿਰਫ ਸਮਾਨ ਚੁਕਣਾ ਪੜ ਨਹੀਂ ਸਕਦਾ ਇਹ ਮੌਲਵੀ ਖੋਤੇ ਨੇ ਕਿ ਕਿਤਾਬਾਂ ਇਹਨਾਂ ਦੀ ਸ਼ੌਕੀਸੇ ਵਿੱਚ ਰੱਖੀਆਂ ਨੇ ਬੁਖਾਰੀ ਮੁਸਲਮਨ ਨਮਾਜ਼ਾ ਤਰੀਕਾ ਵਿੱਚ ਪੜ ਨਹੀਂ ਸਕੇ ਜਿਸ ਦਾ ਖੋਤਾ ਨਹੀਂ ਨਾ استفادہ ਕਰ ਸਕਦਾ ਇਹ ਨਹੀਂ ਕਰ ਸਕੇ ਉਲਮਾ ਯਹੂਦ ਨੂੰ ਪਤਾ ਸੀ ਕਿ ਉਹੀ ਆਖਰੀ ਪੈਗੰਬਰ ਨੇ ਜਿਨ੍ਹਾਂ ਦੀ ਪੇਸ਼ਕੋਈਆਂ ਕਿਤਾਬਾਂ ਵਿੱਚ ਮੌਜੂਦ ਨੇ ਇਹਨਾਂ ਨੇ ਨਬੀ ਅਲਸਲਾਮ ਦਾ ਇਨਕਾਰ ਕੀਤਾ ਬਗਯਮ ਬੈਨਹੁ ਆਪਸੀ ਜ਼ਿੱਦ ਦੀ ਬੈਨਨ ਤੇ ਅੱਲਾਹ ਨੇ ਕਿਹਾ ਤੁਸੀਂ ਤਾਂ ਖੋਤੇ ਹਾਰ ਨਿਕਲਿਓ ਯਾਨੀ ਜਿਸ ਨਾਲ ਖੋਤੇ ਉਤੇ ਕਿਤਾਬਾਂ ਨੇ ਉਹ ਪੜ ਕੇ ਕੋਈ استفادہ ਨਹੀਂ ਕਰਦਾ ਸਿਰਫ ਬੋਝ ਉਠਾਇਆ ਹੈ ਤਾਂ ਮੌਲਵੀਓ ਤੁਸੀਂ ਵੀ ਡਿਗਰੀਆਂ ਦਾ ਸਿਰਫ ਲੋਡ ਹੀ ਚੁੱਕਿਆ ਹੈ ਯਹੂਦਿਓ ਆਪਣੀ ਤੁਰਾਦ ਦਾ ਲੋੜ ਹੀ ਚੁੱਕਿਆ ਜੇ ਇਹਨੂੰ ਪੜੋ ਨਾ ਇਹੀ ਗੱਲ ਮੈਂ ਮੌਲੀਆਂ ਨੂੰ ਵੀ ਕਹਿ ਰਿਹਾ ਕਿ ਤੁਸੀਂ ਬੁਖਾਰੀ ਮੁਸਲਿਮ ਸ਼ੁਕੀਏ ਅਸੀਂ ਜਿ ਰੱਖੀ ਹੈ ਜਿਸ ਤਰ੍ਹਾਂ ਖੋਤੇ ਨੇ ਆਪਣੇ ਉੱਤੇ ਰੱਖੀ ਹੁੰਦੀ ਹੈ ਇਹੜੇ ਐਡਵਾਂਸ ਖੋਤੇ ਨੇ ਥੋੜੇ ਇਹ ਆਪਣੇ ਉੱਤੇ ਤੇ ਨਹੀਂ ਚੁੱਕਦੇ ਆਪਣੇ ਸ਼ਾਗਿਰਦਾਂ ਨੂੰ ਚੁਕਵਾਉਂਦੇ ਨੇ ਤੇ ਨਾਲ ਇਹਨਾਂ ਨੇ ਸ਼ੁਕਾਇਤ ਰੱਖੀ ਉਹਨੂੰ ਵੀ ਤਾਲਾ ਮਾਰਿਆ ਹੁੰਦਾ ਤੇ ਕੋਈ ਹਦੀਸ ਪੁੱਛ ਲਵੇ ਤਾਂ ਲੰਬੀ ਅਰਬੀ ਵਾਲੀ ਕੱਢ ਕੇ ਲੈ ਆਉਂਦੇ ਨੇ ਬਸ ਦੇਖੋ ਨਾ ਕਿੰਨਾ ਰੋਂਦ ਕਿ ਤਾਂ ਕਿ ਉਹਨੂੰ ਕਹਿਣ ਕਿ ਪੜ ਇਹਨੂੰ ਉਹ ਪੜ ਨਹੀਂ ਸਕੇ ਤੇ ਉਹਦੇ ਤੇ ਰੋ ਪਾ ਦੇਣ ਕਿ ਇਮਾਮ ਬੁਖਾਰੀ ਕਾ ਪੈਦਾ ਹੋਏ ਤੁਹ ਦਾ ਨਾ ਮੈਂ ਤੇਨੂੰ ਬੁਖਾਰੀ ਦਾ ਨਹੀਂ ਮੈਂ ਮੈਂ ਇਮਾਮ ਹਸਮੀ ਦਾ ਪੁੱਛਣਾ ਹੈ ਮੈਂ ਤੈਨੂੰ ਇਮਾਮ ਹਾਕਮ ਦਾ ਪੁੱਛਣਾ ਹੈ ਬੁਖਾਰੀ ਦਾ ਤੇ ਫਿਰ ਵੀ ਤੂੰ ਰਟਾ ਮਾਰੇ ਹੋਣਾ ਤੇ ਚੈੱਕ ਕਰ ਲੈ ਮੈਂ ਦੱਸ ਦੇਗਾ ਤੂੰ ਨਹੀਂ ਦੱਸੇਗਾ ਤੇਰੀ ਡਿਗਰੀ ਮੈਂ 0 ਨਾਲ ਮਲਟੀਪਲਾਈ ਕਰਦਾ ਇਹ ਕੋਈ ਸਵਾਲਤਬ ਸਵਾਲ ਦਾ ਜਵਾਬ ਦਿਓ ਤੇ ਇਹਨਾਂ ਦੀ ਮਿਸਾਲ ਅੱਲਾ ਨੇ ਫਿਰ ਕੁਰਾਨ ਵਿੱਚ ਬਿਆਨ ਕੀਤੀ ਹੈ ਕਿ ਇੱਕ ਕੁੱਤੇ ਨੇ ਸੂਰਤੁਲ ਹਰਾਫ ਦੀ ਆਇਤ ਨੰਬਰ 175 ਵਿੱਚ ਅੱਲਾ ਤਾਲਾ ਨੇ ਬਲਾਮ ਬਿਨ ਬੌਰਾ ਦੀ ਮਿਸਾਲ ਬਿਆਨ ਕੀਤੀ ਹੈ ਅਲ ਮੁਸਤਦਰਕ ਲਿ ਹਾਕਮ ਵਿੱਚ ਇਬਨ ਮਸੂਦ ਦਾ कौल मौजूद है कि बलाम बिन बोरा के बारे च है अला ने फरमाया मिसाल कुत्ते जी है इलम है लेकिन कुत्ता है और कुत्ते मिसाल अल्लाह ने दीती कि जिस तरह कुत्ते उत्तर कोई बोझ पाओता भी जुबान बहर काट के रखता है ना पाओ तभी जुबान बहर कट के रखता है यानी दुनिया का लालची है इस तरह वह उलमा जो दीन इस्तफादा नहीं करते कुत्ते मिसाल ने कुत्ता अल्लाह तरह ने इन्होंने क्या है खोता इन्होंने किया है और नबी इस्लाम ने भी किया है कुत्ता और खोता ابو داؤد کی حدیث ہے کہ میری امت وچ ایسے فرقے آن گے جس طرح باولا کتا کسی نوں لڈ دے نا اودے اک اک ریشے وچ اودا زہر پہنچ جاندے نا اس طرح ایسے فرقے پیدا ہون گے کہ جن وچ اس زہر پہنچ جائے گا اونے کتا کیڑا لڑیا کوئی سکواش دا پلیئر تے نہیں لڑیا ہوئے گا کوئی کرکٹ دا پلیئر نہیں لڑیا آئے گا مولوی لڑایا نا زاہد الدین تے مولوی سکھاندا نبی علیہ السلام نے کہا جس طرح کتا الگ خود دے نا اے فرقے وچ الگ خود دے ਔਰ ਬੁਖਾਰੀ ਮੁਸਲਮੀ ਚਾਹੇ ਕਿ ਮੈਂ ਆਪਣੀ ਉਮਮਤ ਦੇ ਵਾਇਜ਼ੀਨ ਨੂੰ ਮੌਲਵੀਆਂ ਨੂੰ ਵੇਖਿਆ ਜਿਸ ਤਰ੍ਹਾਂ ਕੋਲੂ ਦਾ ਖੋਤਾ ਹੁੰਦਾ ਨਾ ਜਿਸ ਤਰ੍ਹਾਂ ਅਸੀਂ ਤੇ ਇਹ ਇਸਤੇਮਾਲ ਕਰਨੇ ਆ ਨਾ ਸੰਡੇ ਜਿਹਨੂੰ ਤੁਸੀਂ ਕਹਿੰਦੇ ਹੋ ਬੈਲ ਉਸ ਜ਼ਮਾਨੇ ਚ ਉਹ ਗਧੇ ਇਸਤੇਮਾਲ ਹੁੰਦੇ ਸਨ ਤੇ ਆਪਣੀ ਜਿਹੜੀ ਆਂਦਰਾਂ ਨੇ ਨਾ ਅੰਤੜੀਆਂ ਦੇ ਗਿਰਦ ਉਹ ਚੱਕਰ ਕੱਟਦੇ ਹੋਏ ਮੈਂ ਦੇਖੇ ਨੇ ਜਨਮ ਵਿੱਚ ਉਲਮਾ ਤੇ ਉਲਮਾ ਨੂੰ ਖੋਤਾ ਜਨਮ ਦਾ ਖੋਤਾ ਕੁੱਤਾ